ਅੱਜ ਅਸੀਂ ਤੁਹਾਨੂੰ ਅਜਿਹੇ ਖਾਣ ਪੀਣ ਵਾਲੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਦੇ ਵੀ ਫਰਿੱਜ 'ਚ ਜਗ੍ਹਾ ਨਹੀਂ ਦੇਣੀ ਚਾਹੀਦੀ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਉਹ ਸਮਾਨ ਖਰਾਬ ਹੋ ਜਾਂਦਾ ਹੈ ਕਈ ਵਾਰ ਉਸ ਚੀਜ਼ ਕਾਰਨ ਫਰਿੱਜ ਵਿੱਚ ਪਈਆਂ ਹੋਰ ਚੀਜ਼ਾਂ ਦੇ ਖਰਾਬ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਇਹਨਾਂ ਨੂੰ ਫਰਿੱਜ ਵਿੱਚ ਨਾ ਰੱਖੋ ਨੰਬਰ 1 ਆਲੂ ਅਸੀਂ ਸਬਜ਼ੀਆਂ ਨੂੰ ਸਟੋਰ ਕਰਨ ਲਈ ਫਰਿੱਜ ਦੀ ਮਦਦ ਲੈਂਦੇ ਹਾਂ ਕਈ ਲੋਕ ਸਬਜ਼ੀਆਂ ਦੇ ਨਾਲ-ਨਾਲ ਆਲੂ ਨੂੰ ਵੀ ਫਰਿੱਜ ਵਿੱਚ ਰੱਖਦੇ ਹਨ ਜਿਸ ਕਾਰਨ ਆਲੂ ਜਲਦੀ ਖਰਾਬ ਹੋ ਜਾਂਦੇ ਹਨ ਅਸਲ ਵਿੱਚ ਆਲੂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਠੰਡ ਦੇ ਕਾਰਨ ਇਹ ਚੀਨੀ ਦੇ ਰੂਪ ਵਿੱਚ ਟੁੱਟ ਕੇ ਮਿੱਠਾ ਹੋ ਜਾਂਦਾ ਹੈ ਜਿਸ ਕਾਰਨ ਇਸ ਦਾ ਸਵਾਦ ਅਤੇ ਸ਼ਕਲ ਦੋਨੋਂ ਹੀ ਖਰਾਬ ਹੋ ਜਾਂਦੇ ਹਨ ਨੰਬਰ 2 ਟਮਾਟਰ ਜੇਕਰ ਟਮਾਟਰ ਪਕਾਏ ਜਾਣ ਤਾਂ ਉਹ ਬਧੇਰੇ ਸਵਾਦੀ ਬਣ ਜਾਂਦੇ ਹਨ ਜੇਕਰ ਟਮਾਟਰਾਂ ਨੂੰ ਫ੍ਰਿਜ 'ਚ ਰੱਖਿਆ ਜਾਵੇ ਤਾਂ ਇਹਨਾਂ ਦੇ ਪੱਕਣ ਦੀ ਕੁਦਰਤੀ ਪ੍ਰਕਿਰਿਆ ਰੁਕ ਜਾਂਦੀ ਹੈ ਇਸ ਕਾਰਨ ਉਹ ਨਰਮ ਹੋ ਜਾਂਦੇ ਹਨ ਇਹ ਉਹਨਾਂ ਦੇ ਅੰਦਰ ਬਰਫ਼ ਜੰਮਣ ਲੱਗਦੀ ਹੈ। ਨੰਬਰ 3 ਕਾਫੀ। ਕਾਫੀ ਨੂੰ ਕਦੇ ਵੀ ਫ੍ਰਿਜ ਵਿੱਚ ਨਹੀਂ ਰੱਖਣਾ ਚਾਹੀਦਾ। ਇਸ ਨਾਲ ਕਾਫੀ ਦਾ ਸਵਾਦ ਬਖਰਾਬ ਹੋ ਜਾਂਦਾ ਹੈ। ਫ੍ਰਿਜ ਵਿੱਚ ਰੱਖਣ ਨਾਲ ਇਹ ਆਪਣੀ ਕੁਦਰਤੀ ਮਹਿਕ ਵੀ ਗਵਾ ਦਿੰਦੀ ਹੈ। ਇਸ ਨੂੰ ਹਮੇਸ਼ਾ ਫ੍ਰਿਜ ਦੇ ਬਾਹਰ 에ਅਰਟਾਈਟ ਜਾਰ ਵਿੱਚ ਰੱਖਣਾ ਚਾਹੀਦਾ ਹੈ। ਨੰਬਰ 4 ਬ੍ਰੈਡ। ਅਸੀਂ ਸੋਚਦੇ ਹਾਂ ਕਿ ਬ੍ਰੈਡ ਨੂੰ ਫ੍ਰਿਜ ਵਿੱਚ ਰੱਖਣ ਨਾਲ ਇਹ ਲੰਬੇ ਸਮੇਂ ਤੱਕ ਤਾਜ਼ੀ ਰਹਣਗੇ ਪਰ ਅਜਿਹਾ ਨਹੀਂ ਹੈ। ਫ੍ਰਿਜ ਵਿੱਚ ਰੱਖਣ ਤੇ ਬ੍ਰੈਡ ਜਲਦੀ ਖਰਾਬ ਹੋ ਜਾਂਦੀ ਹੈ। ਜਲਦੀ ਸੁੱਕਣ ਕਾਰਨ ਇਹ ਆਸਾਨੀ ਨਾਲ ਕੁਚਲ ਜਾਂਦਾ ਹੈ। ਨੰਬਰ 5 ਪਿਆਜ਼। ਜ਼ਿਆਦਾਤਰ ਘਰਾਂ 'ਚ ਰੋਜ਼ਾਨਾ ਇਸਤੇਮਾਲ ਹੋਣ ਵਾਲੇ ਪਿਆਜ਼ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਲਈ ਕਦੇ ਵੀ ਫ੍ਰਿਜ ਦੀ ਵਰਤੋਂ ਨਾ ਕਰੋ। ਇਹਨਾਂ ਨੂੰ ਫ੍ਰਿਜ 'ਚ ਰੱਖਣ ਨਾਲ ਇਹ ਜਲਦੀ ਹੀ ਨਰਮ ਹੋ ਜਾਂਦੇ ਹਨ। ਇੰਨਾ ਹੀ ਨਹੀਂ, ਪਿਆਜ਼ ਦੀ ਤਿੱਖੀ ਮਹਿਕ ਫ੍ਰਿਜ ਦੀਆਂ ਹੋਰ ਚੀਜ਼ਾਂ ਵਿੱਚ ਵੀ ਜਜ਼ਬ ਹੋ ਜਾਂਦੀ ਹੈ ਅਤੇ ਉਹਨਾਂ ਦਾ ਸਵਾਦ ਵਿਗੜ ਜਾਂਦਾ ਹੈ। ਨੰਬਰ 3 ਤੇਲ ਨੂੰ ਕਦੇ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਜੇਕਰ ਤੇਲ ਨੂੰ ਫਰਿੱਜ ਵਿੱਚ ਰੱਖਿਆ ਜਾਵੇ ਤਾਂ ਇਹ ਜਲਦੀ ਗਾੜਾ ਹੋ ਜਾਂਦਾ ਹੈ ਨਾਰੀਅਲ ਜੈਤੂਨ ਦੇ ਤੇਲ ਵਰਗੀ ਤੇਜ਼ ੱੱਬੇ ਵਾਲੀ ਤੇਲ ਨੂੰ ਗਲਤੀ ਨਾਲ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਨੰਬਰ 7 ਸ਼ਹਿਦ ਸ਼ਹਿਦ ਭਾਰਤੀ ਘਰਾਂ ਵਿੱਚ ਮੌਜੂਦ ਹੁੰਦਾ ਹੈ ਇਸ ਨੂੰ ਸਟੋਰ ਕਰਨ ਲਈ ਫਰਿੱਜ ਦੀ ਲੋੜ ਨਹੀਂ ਹੈ ਇਸ ਵਿੱਚ ਕੁਦਰਤੀ ਸੰਭਾਲ ਗੁਣ ਹਨ ਜੇਕਰ ਇਸ ਨੂੰ ਕੱਚ ਦੀ ਸ਼ੀਸ਼ੀ ਵਿੱਚ ਸਾਲਾਂ ਤੱਕ ਸਟੋਰ ਕੀਤਾ ਜਾਵੇ ਤਾਂ ਇਹ ਖਰਾਬ ਨਹੀਂ ਹੁੰਦਾ ਜੇਕਰ ਸ਼ਾਇਦ ਨੂੰ ਫ੍ਰਿਜ ਵਿੱਚ ਰੱਖਿਆ ਜਾਵੇ ਤਾਂ ਉਸ ਵਿੱਚ ਖੰਡ ਦੇ ਕਣ ਜਮਾ ਹੋ ਜਾਂਦੇ ਹਨ ਅਤੇ ਇਹ ਸੁੱਕ ਜਾਂਦਾ ਹੈ। ਸੁੱਕਣ ਤੋਂ ਬਾਅਦ ਇਸ ਨੂੰ ਸ਼ੀਸ਼ੀ ਵਿੱਚੋਂ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਸੰਤਰੀ ਨੂੰ ਖਾਣ ਤੋਂ ਬਾਅਦ ਸੰਤਰੀ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੰਤਰਾ ਜਿੰਨਾ ਫਾਇਦੇਮੰਦ ਫਲ ਹੈ ਇਸ ਦਾ ਛਿਲਕਾ ਵੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਜੀ ਹਾਂ ਜੇਕਰ ਤੁਸੀਂ ਸੰਤਰਾ ਖਾਂਦੇ ਹੋ ਤਾਂ ਹੁਣ ਤੋਂ ਇਸ ਦਾ ਛਿਲਕਾ ਸੁੱਟਣਾ ਬੰਦ ਕਰ ਦਿਓ। ਸੰਤਰੇ ਦੇ ਛਿਲਕੇ ਨੂੰ ਸਕੌਣ ਤੋਂ ਬਾਅਦ ਇਸ ਦੇ ਪਾਊਡਰ ਨੂੰ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਇਨ੍ਹਾਂ ਛਿਲਕਿਆਂ ਦੀ ਹਰਬਲ ਚਾਹ ਬਣਾ ਕੇ ਵੀ ਪੀ ਸਕਦੇ ਹੋ ਅਤੇ ਇਸ ਚਾਹ ਦੇ ਕਈ ਸੇਤ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਦੇ ਛਿਲਕਿਆਂ 'ਚ ਸੰਤਰੀ ਦੀ ਗੁੱਦੀ ਨਾਲ 10 ਗੁਣਾ ਜ਼ਿਆਦਾ ਵਿਟਾਮਿਨ ਮੌਜੂਦ ਹੁੰਦੇ ਹਨ। ਇਹੀ ਕਾਰਨ ਹੈ ਕਿ ਹੁਣ ਤੋਂ ਤੁਹਾਨੂੰ ਸੰਤਰੀ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਦਾ ਸੇਵਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਇਸ ਦੀ ਵਰਤੋਂ ਕਰਕੇ ਤੁਸੀਂ ਚਿਹਰੇ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਨਾਲ-ਨਾਲ ਤੁਸੀਂ ਸਿਹਤ ਨਾਲ ਜੁੜੀਆਂ ਹੋਰ ਕਈ ਸਮੱਸਿਆ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹੋ ਆਓ ਜਾਣਦੇ ਹਾਂ ਸੰਤਰੇ ਦੇ ਛਿਲਕੇ ਦੇ ਕੀ ਫਾਇਦੇ ਹਨ ਅਤੇ ਹਰਬਲ ਟੀ ਨੂੰ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ਨੰਬਰ 1 ਸੰਤਰੇ ਦੇ ਛਿਲਕੇ ਵਿੱਚ ਪੋਸ਼ਟਿਕ ਤੱਤ ਸੰਤਰੀ ਦਾ ਛਿਲਕਾ ਰਾਈબોਫਲੇਵਿਨ, ਥਿਆਮਿਨ, ਵਿਟਾਮਿਨ ਸੀ, ਬੀ 6, ਕੈਲਸ਼ੀਅਮ, ਫਾਈਬਰ, ਪ੍ਰੋ ਵਿਟਾਮਿਨ ਏ, ਫੋਲੇਟ, ਪਲਾਟ ਕੰਪਾਊਂਡ ਵਾਲੀਫੇਨਲ ਆਦ ਵਰਗੇ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਹ ਸਾਰੇ ਸਰੀਰ ਨੂੰ ਵੱਖ-ਵੱਖ ਤਰੀਕਿਆਂ ਨਾਲ ਲਾਭ ਪਹੁੰਚਾਉਣ ਦਾ ਕੰਮ ਕਰਦੇ ਹਨ ਸੰਤਰੇ ਦੇ ਛਿਲਕੇ ਦੇ ਸੇਤ ਲਾਭ ਨੰਬਰ 2 ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਸੰਤਰੇ ਵਿੱਚ ਸਭ ਤੋਂ ਵੱਧ ਵਿਟਾਮਿਨ ਸੀ ਹੁੰਦਾ ਹੈ ਉਸੇ ਤਰ੍ਹਾਂ ਇਸ ਦੇ ਛਿਲਕ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਇਹ ਇਮਿਊਨਿਟੀ ਨੂੰ ਵਧਾਉਂਦਾ ਹੈ ਤੁਸੀਂ ਹਰ ਰੋਜ਼ ਸੰਤਰੇ ਦੇ ਛਿਲਕੇ ਦੀ ਬਣੀ ਚਾਹ ਪੀ ਸਕਦੇ ਹੋ ਜਾਂ ਇਸ ਨੂੰ ਸਬਜ਼ੀ ਵਿੱਚ ਮਿਲਾ ਸਕਦੇ ਹੋ ਨੰਬਰ 3 ਸਕਨ ਲਈ ਫਾਇਦੇਮੰਦ ਸੰਤਰੀ ਦੇ ਛਿਲਕੇ ਦੀ ਵਰਤੋਂ ਸਕਨ ਨੂੰ ਜਵਾਨ ਰੱਖਣ ਲਈ ਕੀਤੀ ਜਾਂਦੀ ਹੈ ਇਸ ਨਾਲ ਚਮੜੀ ਤੇ ਮੌਜੂਦ ਬਲੈਕ ਹੈਡਸ ਦਾਗ ਤੱਬੇ ਮਹਾਂਸੇ ਝੋੜਦੀਆਂ ਡੈਡ ਸਕਨ ਸੈਲਸ ਟੈਨਿੰਗ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ ਨੰਬਰ 4 ਪਾਚਨ ਸ਼ਕਤੀ ਵਿੱਚ ਸੁਧਾਰ ਸੰਤਰੀ ਦੇ ਛਿਲਕੇ ਵਿੱਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਠੀਕ ਕਰਦਾ ਹੈ ਪੇਟ ਸਾਫ਼ ਰਹਿੰਦਾ ਹੈ ਕਬਜ਼ ਤੋਂ ਰਾਹਤ ਮਿਲਦੀ ਹੈ ਅੰਤਰੀਆਂ ਮਜ਼ਬੂਤ ਹੁੰਦੀਆਂ ਹਨ ਗੈਸ ਬਦਹਾਜਮੀ ਪੇਟ ਦੇ ਫੁੱਲਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ ਨੰਬਰ 5 ਦੰਦਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਜੇਕਰ ਤੁਹਾਡੇ ਮਸੂੜਿਆਂ ਵਿੱਚ ਕੋਈ ਸਮੱਸਿਆ ਹੈ ਤੇ ਦੰਦਾਂ ਦੀ ਕੋਈ ਸਮੱਸਿਆ ਤੁਹਾਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ ਤਾਂ ਤੁਸੀਂ ਸੰਤਰੇ ਦੀ ਵਰਤੋਂ ਕਰ ਸਕਦੇ ਹੋ ਛਿਲਕੇ ਨੂੰ ਸਕੌਣ ਤੋਂ ਬਾਅਦ ਪਾਊਡਰ ਬਣਾ ਲਓ ਤੇ ਇਸ ਨਾਲ ਦੰਦਾਂ ਨੂੰ ਸਾਫ਼ ਕਰੋ ਇਸ ਦੇ ਨਾਲ ਨਾ ਸਿਰਫ ਤੁਹਾਨੂੰ ਲਾਭ ਹੋਵੇਗਾ ਬਲਕਿ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਨੰਬਰ 6 ਭਾਰ ਘਟਾਓ ਭਾਰ ਘਟਾਉਣ ਲਈ ਸੰਤਰੇ ਦੇ ਛਿਲਕਿਆਂ ਦੀ ਚਾਹ ਪੀਓ ਇਸ ਦੇ ਨਾਲ ਹੀ ਗੁਰਦੇ ਦੀ ਪਥਰੀ ਦੀ ਸਮੱਸਿਆ ਤੋਂ ਵੀ ਵਿਚਾਰ ਆਉਂਦਾ ਹੈ ਸੰਤਰੀ ਦੇ ਛਿਲਕਿਆਂ ਦੀ ਇਸ ਤਰ੍ਹਾਂ ਵਰਤੋਂ ਕਰੋ ਤੁਸੀਂ ਸੰਤਰੇ ਦੇ ਛਿਲਕਿਆਂ ਦਾ ਟੁਕੜਾ ਚਵਾ ਕੇ ਵੀ ਖਾ ਸਕਦੇ ਹੋ ਇਹ ਖਾਣ ਵਿੱਚ ਕੌੜਾ ਲੱਗ ਸਕਦਾ ਹੈ ਪਰ ਇਹ ਪੇਟ ਲਈ ਬਹੁਤ ਵਧੀਆ ਚੀਜ਼ ਹੈ ਇਸ ਨੂੰ ਸਮੂਦੀ ਸਲਾਦ ਸਬਜ਼ੀਆਂ ਵਿੱਚ ਮਿਲਾ ਕੇ ਵੀ ਪਕਾਇਆ ਜਾ ਸਕਦਾ ਹੈ ਤੁਸੀਂ ਇਸ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ ਚਾਹ ਦੇ ਬਰਤਨ 'ਚ ਅੱਧਾ ਗਲਾਸ ਪਾਣੀ ਪਾ ਕੇ ਗੈਸ ਤੇ ਉਬਾਲੋ ਸੰਤਰੀ ਦੇ ਕੁਝ ਛਿਲਕੇ ਨੂੰ ਛਿੱਲ ਲਓ ਤੇ ਉਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਇਸ ਵਿੱਚ ਪਾ ਦਿਓ। ਜਦੋਂ ਪਾਣੀ 1 ਮਿੰਟ ਲਈ ਉਬਲ ਜਾਵੇ ਤੇ ਇਸ ਨੂੰ ਸੇਕ ਤੋਂ ਉਤਾਰ ਲਓ। ਇਸ ਨੂੰ ਇੱਕ ਕੱਪ ਵਿੱਚ ਛਾਣਨੀ ਨਾਲ ਛਾਣ ਲਓ। ਸਵਾਦ ਵਧਾਉਣ ਜਾਂ ਮਠਾਸ ਲਿਆਉਣ ਲਈ ਤੁਸੀਂ ਇਸ ਵਿੱਚ ਅੱਧਾ ਚਮਚ ਜਾਂ ਇੱਕ ਚਮਚ ਸ਼ਹਿਦ ਵੀ ਮਿਲਾ ਸਕਦੇ ਹੋ। ਇਸ ਚਾਹ ਨੂੰ ਪੀ ਕੇ ਤੁਸੀਂ ਕਈ ਸਾਰੇ ਸਿਹਤ ਲਾਭ ਪ੍ਰਾਪਤ ਕਰ ਸਕਦੇ ਹੋ। ਸ਼ਹਿਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਅਮਰੂਦ ਖਾਣਾ ਪਸੰਦ ਨਾ ਹੋਵੇ। ਸਵਾਦ ਹੋਣ ਦੇ ਨਾਲ ਨਾਲ ਹੀ ਇਹ ਸੇਪ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੂਦ ਦੇ ਨਾਲ ਹੀ ਅਮਰੂਦੀਆਂ ਪੱਤੀਆਂ ਵੀ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਅਮਰੂਦ ਦੇ ਪੱਤੇ ਐਂਟੀਆਕਸੀਡੈਂਟ ਐਂਟੀਬੈਕਟੀਰੀਅਲ ਗੁਣ ਤੇ ਐਂਟੀ ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੇ ਹਨ ਚਮੜੀ ਵਾਲ ਤੇ ਸਿਹਤ ਦੀ ਦੇਖਭਾਲ ਲਈ ਅਮਰੂਦੀਆਂ ਪੱਤੀਆਂ ਦਾ ਰਸ ਜਾਂ ਫਿਰ ਛੋਟੀ ਮਲਾਈਮ ਪੱਤੀਆਂ ਨੂੰ ਚਵਾ ਕੇ ਖਾਣਾ ਕਾਫੀ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ ਅਮਰੂਦ ਦੇ ਪੱਤਿਆਂ ਦੇ ਫਾਇਦੇ ਨੰਬਰ 1 ਭਾਰ ਘਟਾਉਣ ਤੇ ਮਦਦਗਾਰ ਜੋ 슈ਗਰ ਨੂੰ ਘਟਾਉਣ ਤੋਂ ਪਰੇਸ਼ਾਨ ਰਹਿੰਦੇ ਹਨ ਅਮਰੂਦ ਦੀਆਂ ਪੱਤੀਆਂ ਦੀ ਵਰਤੋਂ ਨਾਲ ਉਹ ਆਪਣਾ ਭਾਰ ਘਟਾ ਸਕਦੇ ਹਨ ਇਹ ਭਾਰ ਘਟਾਉਣ ਤੇ ਵੀ ਸਹਾਇੀ ਹੁੰਦੀਆਂ ਹਨ ਨੰਬਰ 2 슈ਗਰ ਦੇ ਰੋਗੀਆਂ ਲਈ ਫਾਇਦੇਮੰਦ 슈ਗਰ ਦੇ ਰੋਗੀਆਂ ਲਈ ਅਮਰੂਦ ਦੀਆਂ ਪੱਤੀਆਂ ਬੇਹੱਦ ਫਾਇਦੇਮੰਦ ਹੁੰਦੀਆਂ ਹਨ 슈ਗਰ ਦੇ ਰੋਗੀ ਨੂੰ ਰੋਜ਼ਾਨਾ ਅਮਰੂਦ ਦੇ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 3 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਜਾਂ ਘਟਦਾ ਹੈ ਉਹਨਾਂ ਲਈ ਅਮਰੂਦ ਦੀਆਂ ਪੱਤੀਆਂ ਬੇਹੱਦ ਫਾਇਦੇਮੰਦ ਹੁੰਦੀਆਂ ਹਨ ਨੰਬਰ 4 ਪਾਚਨ ਤੰਤਰ ਨੂੰ ਮਜ਼ਬੂਤ ਰੱਖੇ ਅਮਰੂਦ ਦੀਆਂ ਪੱਤੀਆਂ ਪਾਚਨ ਤੰਤਰ ਨੂੰ ਮਜ਼ਬੂਤ ਰੱਖਦੀਆਂ ਹਨ ਇਸ ਦੀ ਵਰਤੋਂ ਨਾਲ ਭੋਜਨ ਪਚਣ 'ਚ ਮਦਦ ਮਿਲਦੀ ਹੈ ਇਸ ਦੇ ਲਈ ਰੋਜ਼ਾਨਾ ਅਮਰੂਦ ਦੇ ਪੱਤੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਮਰੂਦ ਦੇ ਪੱਤੀਆਂ ਨੂੰ ਉਬਾਲ ਕੇ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਅਮਰੂਦ ਦੇ ਪੱਤੇਆਂ ਨੂੰ ਪਾਣੀ 'ਚ ਉਬਾਲ ਕੇ ਇਸ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਸੇਤ ਨੂੰ ਸ਼ਾਨਦਾਰ ਲਾਭ ਮਿਲਦਾ ਹੈ ਅਮਰੂਦ ਦੇ ਪੱਤੇਆਂ ਵਿੱਚ ਚਿਕਿਤਸਕ ਗੁਣ ਹੁੰਦੇ ਹਨ ਇਹ ਬਹੁਤ ਸਾਰੇ ਵਿਟਾਮਿਨ ਖਣਿਜ ਮਾਈਕਰੋ ਮੈਕਰੋ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦੇ ਹਨ ਇਸ ਦੇ ਪੱਤੇਆਂ ਵਿੱਚ ਬਾਇਓ ਐਕਟਿਵ ਨਾਮਕ ਮਿਸ਼ਰਣ ਵੀ ਹੁੰਦੇ ਹਨ ਇਹ ਜਾਦੂਈ ਪੱਤੇ ਐਂਟੀਆਕਸੀਡੈਂਟ ਐਂਟੀ ਇਨਫਲੇਮੇਟਰੀ ਤੇ ਐਂਟੀਬੈਕਟੀਰੀਅਲ ਗੁਣਾ ਦੀ ਨਾਲ ਨਾਲ ਪ੍ਰੋਟੀਨ, ਵਿਟਾਮਿਨ ਸੀ, ਗੈਲਿਕ ਐਸਿਡ ਅਤੇ ਫੀਨੋਲਿਕ ਮਿਸ਼ਰਣਾਂ ਦਾ ਇੱਕ ਵਧੀਆ ਸਰੋਤ ਹੈ। ਨੰਬਰ 1 ਇਹ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਘਟਾਉਣ ਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਆਮ ਬਣਾਉਣ ਵਿੱਚ ਮਦਦ ਕਰਦਾ ਹੈ। ਨੰਬਰ 2 ਅਮਰੂਦ ਦੇ ਪੱਤਿਆਂ ਦਾ ਪਾਣੀ ਖਰਾਬ ਕੋਲੇਸਟ੍ਰੋਲ ਨੂੰ ਘਟਕਾਣ ਤੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਣ 'ਚ ਕਾਰਗਰ ਹੈ। ਇਸ ਤਰ੍ਹਾਂ ਹਾਈ ਬੀਪੀ ਅਤੇ ਦਿਲ ਦੀਆਂ ਬਿਮਾਰੀਆਂ ਦੀ ਖਤਰੀ ਨੂੰ ਘਟਕਾਣ ਵਿੱਚ ਵੀ ਇਸ ਦੇ ਪੱਤਿਆਂ ਦਾ ਪਾਣੀ ਭਾਵ ਕਾੜਾ ਲਾਭਦਾਇਕ ਹੈ। ਨੰਬਰ 3 ਅਮਰੂਦ ਦੇ ਪੱਤਿਆਂ ਦਾ ਪਾਣੀ ਪਾਚਨ ਕਿਰਿਆ ਨੂੰ ਦਰੁਸਤ ਕਰਕੇ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਸਰੀਰ ਵਿੱਚ ਸਟੋਰ ਕੀਤੀ ਬਾਧੂ ਕੈਲਰੀ ਨੂੰ ਬਰਨ ਕਰਨ ਵਿੱਚ ਮਦਦਗਾਰ ਹੈ ਜਿਸ ਨਾਲ ਚਰਬੀ ਨੂੰ ਤੇਜ਼ੀ ਨਾਲ ਬਰਨ ਕਰਨ ਵਿੱਚ ਮਦਦ ਮਿਲਦੀ ਹੈ। ਨੰਬਰ 4 ਅਨੀਮੀਆ ਦੇ ਮਰੀਜ਼ਾਂ ਲਈ ਅਮਰੂਦ ਦੇ ਪੱਤਿਆਂ ਦਾ ਇਹ ਪਾਣੀ ਬਹੁਤ ਫਾਇਦੇਮੰਦ ਹੈ। ਇਹ ਖੂਨ ਵਿੱਚ ਆਕਸੀਜਨ ਨੂੰ ਵਧਾਉਂਦਾ ਹੈ। ਇਹ ਡੇਂਗੂ ਦੇ ਮਰੀਜ਼ਾਂ ਵਿੱਚ ਪਲੇਟਲਟਸ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਨਾਲ ਹੀ ਨਾਲ ਖੂਨ ਦੇ ਸੈੱਲਾਂ ਨੂੰ ਉਤਸ਼ਾਹਿਤ ਕਰਦਾ ਹੈ। ਨੰਬਰ 5 ਜੇਕਰ ਸਰੀਰ ਦੀ ਗਰਮੀ ਕਾਰਨ ਤੁਹਾਡੇ ਮੂੰਹ ਅਤੇ ਜੀਭ ਤੇ ਛਾਲੇ ਹੋ ਜਾਂਦੇ ਹਨ ਇਸ ਲਈ ਅਮਰੂਦ ਦੇ ਪੱਤਿਆਂ ਦੇ ਪਾਣੀ ਨਾਲ ਘਰਾਰੇ ਕਰਨ ਅਤੇ ਪੀਣ ਨਾਲ ਉਹਨਾਂ ਛਾਲਿਆਂ ਦੀ ਜਲਨ ਵਿੱਚ ਆਰਾਮ ਮਿਲਦਾ ਹੈ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ